ਸੰਜੇ ਲੀਲਾ ਭੰਸਾਲੀ ਦੀ ਵਿਵਾਦਿਤ ਫਿਲਮ ਪਦਮਾਵਤੀ ਨੂੰ ਰਿਲੀਜ਼ ਹੋਣ ਤੋਂ ਰੋਕਣ ਲਈ ਰਾਜਪੂਤ ਸਮਾਜ ਵੱਲੋਂ 25 ਨਵੰਬਰ ਤੋਂ ਲੋਕਾਂ ਨੂੰ ਲਾਮਬੱਧ ਕਰਨ ਲਈ ਸੂਰਤ ਗੁਜਰਾਤ ਤੋਂ ਪ੍ਰੋਗਰਾਮ ਕੀਤੇ ਜਾ ਰਹੇ ਨੇ। ਇਸ ਉਪਰੰਤ 3 ਦਸੰਬਰ ਨੂੰ ਅਹਿਮਦਾਬਾਦ ਵਿੱਚ 5 ਲੱਖ ਲੋਕਾਂ ਦਾ ਇਕੱਠ ਕਰਕੇ ਵੱਡੀ ਰੈਲੀ ਕੀਤੀ ਜਾਵੇਗੀ ਤਾਂ ਜੋ ਪਦਮਾਵਤੀ ਫਿਲਮ ਦੀ ਰਿਲੀਜ਼ ਰੋਕੀ ਜਾ ਸਕੇ। ਇਸ ਸੰਬੰਧੀ ਖਰੜ ਵਿੱਚ ਰੱਖੀ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਆਲ ਇੰਡੀਆ ਕਸ਼ਤਰੀ ਰਾਜਪੂਤ ਸਮਾਜ ਦੇ ਆਗੂ ਸ਼ੇਰ ਸਿੰਘ ਰਾਣਾ ਨੇ ਆਖਿਆ ਕਿ ਫਿਲਮ ਇੰਡਸਟਰੀ ਲੋਕਾਂ ਦਾ ਮਨੋਰੰਜਨ ਕਰਨ ਲਈ ਹੈ, ਪਰ ਕੁਝ ਲੋਕਾਂ ਵੱਲੋਂ ਵੱਧ ਮੁਨਾਫਾ ਕਮਾਉਣ ਦੇ ਲਾਲਚ ਵਿੱਚ ਆ ਕੇ ਫਿਲਮ ਇੰਡਸਟਰੀ ਨੂੰ ਵਿਵਾਦਿਤ ਇੰਡਸਟਰੀ ਬਣਾਇਆ ਜਾ ਰਿਹਾ ਹੈ। ਸੰਜੇ ਲੀਲਾ ਭੰਸਾਲੀ ਨੇ ਸੂਚੀ ਸਮਝੀ ਸਾਜ਼ਿਸ਼ ਤਹਿਤ ਆਪਣੀ ਫਿਲਮ ਦਾ ਪ੍ਰਮੋਸ਼ਨ ਕਰਨ ਲਈ ਫਿਲਮ ਵਿੱਚ ਵਿਵਾਦਿਤ ਸੀਨ ਸ਼ਾਮਿਲ ਕੀਤੇ ਨੇ, ਜਿਸ ਦੇ ਵਿਰੋਧ ਵਿੱਚ ਰਾਜਪੂਤ ਸਮਾਜ ਵੱਲੋਂ 1 ਸਾਲ ਪਹਿਲਾਂ ਤੋਂ ਵਿਰੋਧ ਪ੍ਰਦਰਸ਼ਨ ਕਰਨੇ ਸ਼ੁਰੂ ਕਰ ਦਿੱਤੇ ਗਏ ਸਨ, ਪਰ ਭੰਸਾਲੀ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਵਿਰੋਧ ਪ੍ਰਦਰਸ਼ਨ ਦੌਰਾਨ ਲੱਖਾਂ ਲੋਕਾਂ ਨੂੰ ਆਰਥਿਕ ਅਤੇ ਮਾਨਸਿਕ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਿਆ। ਉਹਨਾਂ ਕਿਹਾ ਕਿ ਇਹਨਾਂ ਪਰੇਸ਼ਾਨੀਆਂ ਲਈ ਜ਼ਿੰਮੇਵਾਰ ਕੌਣ ਹੈ। ਨਾਲ ਹੀ ਉਹਨਾਂ ਕਿਹਾ ਕਿ ਭੰਸਾਲੀ ਵੱਲੋਂ ਜੋ 10 ਦਿਨ ਪਹਿਲਾਂ ਫਿਲਮ ਵਿੱਚ ਕੋਈ ਆਪੱਤੀਜਨਕ ਸੀਨ ਨਾ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ, ਉਹ 10 ਮਹੀਨੇ ਪਹਿਲਾਂ ਕਿਉਂ ਨਹੀਂ ਦਿੱਤੀ ਗਈ। ਇੰਡਸਟਰੀ ਹੈ ਉਸਕੋ ਹਮ ਐਂਟਰਟੇਨਮੈਂਟ ਇੰਡਸਟਰੀ ਮਾਨਤੇ ਹੈ ਔਰ ਲੇਕਿਨ ਉਸਮੇ ਕੁਛ ਲੋਕ ਉਸ ਐਂਟਰਟੇਨਮੈਂਟ ਇੰਡਸਟਰੀ ਕੋ ਭੰਸਾਲੀ ਜੈਸੇ ਲੋਕ ਜੋ ਹੈ ਉਸਕੋ ਕੰਟਰੋਵਰਸ਼ਲ ਇੰਡਸਟਰੀ ਮੇਂ ਕ੍ਰੀਏਟ ਕਰਤੇ ਹੈ ਔਰ ਉਸ ਕੰਟਰੋਵਰਸੀ ਕਰਵਾ ਕਰਵਾ ਕੇ ਕੰਟਰੋਵਰਸ਼ਲ ਇੰਡਸਟਰੀ ਮੇਂ ਕ੍ਰੀਏਟ ਕਰਕੇ ਪੈਸੇ ਕਮਾਉਣਾ ਚਾਹਤੇ ਹੈ। ਇਸ ਬਾਤ ਕੇ ਲੀਏ ਹਮੇ ਉਨਸੇ ਨਾਰਾਜ਼ਗੀ ਹੈ। 1 ਸਾਲ ਪਹਿਲੇ ਹਮਨੇ ਇਸਕਾ ਡਿਮੋਸਟ੍ਰੇਸ਼ਨ ਸ਼ੁਰੂ ਕੀਆ ਥਾ ਮਹਾਰਾਣੀ ਪਦਮਾਵਤੀ ਜੀ ਸੇ ਰਿਲੇਟਿਡ ਬਾਤ ਪੇ, ਜੋ ਫਿਲਮ ਸੇ ਡ੍ਰੀਮ ਸੀਕੁਐਂਸ ਕੀ ਜੋ ਬਾਤ ਥੀ ਵੋ 10 ਦਿਨ ਪਹਿਲੇ ਆ ਕੇ ਬੋਲਤੇ ਹੈ ਕਿ ਐਸਾ ਕੋਈ ਸੀਨ ਉਸਕੇ ਅੰਦਰ ਹੈ ਹੀ ਨਹੀਂ। ਤੋ ਮੈਂ ਉਨਸੇ ਯੇ ਬੋਲਤਾ ਹੂੰ ਕਿ ਯਹੀ ਬਾਤ ਅਗਰ ਵੋ 10 ਮਹੀਨਾ ਪਹਿਲੇ ਆ ਕੇ ਬੋਲ ਦਿੱਤੇ ਤੋ ਯੇ ਸਭ ਝੰਝਟ ਹੋਤੇ ਹੀ ਨਾ। ਲੇਕਿਨ ਜਾਨ ਬੁੱਝ ਕੇ ਉਨ੍ਹੋਂਨੇ ਹਮਾਰੇ ਸਮਾਜ ਕੋ ਦੇਸ਼ ਕੇ ਆਮ ਲੋਗੋ ਕੋ ਕਠਪੁਤਲੀ ਕੀ ਤਰ੍ਹਾਂ ਯੂਜ਼ ਕੀਆ ਆਪਣੇ ਨੈਗੇਟਿਵ ਪ੍ਰਚਾਰ ਕਰਵਾਨੇ ਕੇ ਲੀਏ ਫਿਲਮ ਕਾ। ਲੇਕਿਨ ਆਪ ਮੁਝੇ ਯੇ ਬਤਾਈਏ ਕਿਆ ਆਪ ਐਸੇ ਇਨਸਾਨ ਕੋ ਜਿਸਨੇ ਪੈਸੇ ਕੇ ਲਾਲਚ ਮੈਂ 1 ਸਾਲ ਤੱਕ ਦੇਸ਼ ਕਾ ਮਾਹੌਲ ਖਰਾਬ ਕੀਆ ਹੋ, ਲਾਖੋਂ ਲੋਗੋ ਕੋ ਆਰਥਿਕ ਔਰ ਮਾਨਸਿਕ ਰੂਪ ਸੇ ਪਰੇਸ਼ਾਨ ਕੀਆ ਹੋ। ਦੇਖੀਏ ਜਬ ਕੋਈ ਡਿਮੋਨਸਟ੍ਰੇਸ਼ਨ ਕਰਤੇ ਹੈ ਨਾ ਤੋ ਲੋਗ ਵਾਗ ਆਪਣੀ ਨੌਕਰੀਆਂ ਛੋੜ ਕੇ ਆਤੇ ਹੈ, ਆਪਣੇ ਜੋ ਬਿਜ਼ਨਸ ਹੈ ਉਸ ਪਰ ਤਾਲਾ ਲਗਾ ਕੇ ਆਤੇ ਹੈ, ਧੂਪ ਮੈਂ ਆਤੇ ਹੈ, ਬਾਰਿਸ਼ ਮੈਂ ਆਤੇ ਹੈ। ਤੋ ਇਤਨੇ ਲਾਖੋਂ ਲੋਗੋ ਕੋ ਜੋ ਪਰੇਸ਼ਾਨੀਆਂ ਹੋਈ ਉਸਕਾ ਜਵਾਬਦੇਹ ਕੌਣ ਹੋਗਾ ਆਪ ਬਤਾਈਏ। ਅਗਰ ਯਹੀ ਬਾਤ ਵੋ 10 ਮਹੀਨਾ ਪਹਿਲੇ ਬੋਲਤੇ ਤੋ ਉਨ ਲੋਗੋ ਕੋ ਵੋ ਕਸ਼ਟ ਨਾ ਹੋਤਾ ਨਾ। ਅਬ ਲੋਗੋ ਕੋ ਇਤਨਾ ਪਰੇਸ਼ਾਨ ਕਰਕੇ ਅਗਰ ਆਪ ਆਜ ਰਿਲੀਜ਼ ਕਰਕੇ ਫਿਰ ਉਸਕੋ ਪੈਸੇ ਕਮਾਨੇ ਦੋਗੇ ਤੋ ਕੱਲ ਕੋ ਕੋਈ ਦੂਸਰਾ ਫਿਲਮ ਮੇਕਰ ਆਏਗਾ, ਵੋ ਵੀ ਜਾਨ ਬੁੱਝ ਕੇ ਸਮੱਸਿਆਏ ਕ੍ਰੀਏਟ ਕਰੇਗਾ ਸਮਾਜ ਕੇ ਅੰਦਰ, ਦੇਸ਼ ਕੇ ਅੰਦਰ ਪ੍ਰੋਬਲਮਸ ਕ੍ਰੀਏਟ ਕਰਕੇ ਪੈਸੇ ਕਮਾਨੇ ਕੀ ਕੋਸ਼ਿਸ਼ ਕਰੇਗਾ। ਤੋ ਅੱਛੇ ਨਾਗਰਿਕ ਕੀ ਯਹੀ ਪਹਿਚਾਨ ਹੈ ਕਿ ਇਸੀ ਸਟੈਪ ਪੇ ਐਸੇ ਲੋਗੋ ਕੋ ਸਬਕ ਦਿਆ ਜਾਏ, ਜਬ ਫਿਲਮ ਰਿਲੀਜ਼ ਨਹੀਂ ਹੋਗੀ ਤੋ ਆਗੇ ਸੇ ਕੋਈ ਫਿਲਮ ਮੇਕਰ ਕੰਟਰੋਵਰਸੀ ਕ੍ਰੀਏਟ ਕਰਕੇ ਪੈਸੇ ਕਮਾਉਣ ਦੀ ਕੋਸ਼ਿਸ਼ ਨਹੀਂ ਕਰੇਗਾ। ਦੱਸ ਦਈਏ ਕਿ ਰਾਣੀ ਪਦਮਾਵਤੀ ਦੇ ਜੀਵਨ ਤੇ ਆਧਾਰਿਤ ਫਿਲਮ ਪਦਮਾਵਤੀ ਰਿਲੀਜ਼ ਹੋਣ ਜਾ ਰਹੀ ਹੈ, ਪਰ ਉਸ ਤੋਂ ਪਹਿਲਾਂ ਫਿਲਮ ਵਿੱਚ ਪਾਏ ਗਏ ਵਿਵਾਦਿਤ ਸੀਨਾਂ ਤੋਂ ਪ੍ਰਭਾਵਿਤ ਹੋ ਕੇ ਰਾਜਪੂਤ ਭਾਈਚਾਰੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਰਾਜਪੂਤ ਭਾਈਚਾਰੇ ਨੂੰ ਲੱਗ ਰਿਹਾ ਹੈ ਕਿ ਸੰਜੇ ਲੀਲਾ ਭੰਸਾਲੀ ਵੱਲੋਂ ਬਣਾਈ ਗਈ ਫਿਲਮ ਕਿਤੇ ਨਾ ਕਿਤੇ ਰਾਜਪੂਤਾਂ ਦੇ ਅਕਸ਼ ਨੂੰ ਖਰਾਬ ਕਰੇਗੀ, ਜਿਸ ਦੇ ਕਰਕੇ ਪੂਰੇ ਭਾਈਚਾਰੇ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਅਤੇ ਵੱਖ ਵੱਖ ਥਾਵਾਂ ਤੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਹੁਣ ਵੇਖਣਾ ਇਹ ਹੋਵੇਗਾ ਕਿ ਇਹ ਫਿਲਮ ਲੋਕਾਂ ਤੱਕ ਪਹੁੰਚਦੀ ਹੈ ਜਾਂ ਫਿਰ ਰਾਜਪੂਤ ਭਾਈਚਾਰੇ ਵੱਲੋਂ ਪਹਿਲਾਂ ਹੀ ਇਸ ਫਿਲਮ ਤੇ ਰੋਕ ਲਗਾਉਣ ਲਈ ਕਾਮਯਾਬੀ ਹਾਸਿਲ ਹੁੰਦੀ ਹੈ। ਸਪੋਕਸਮੈਨ ਟੀਵੀ ਦੇ ਲਈ ਕੁਰਾਲੀ ਤੋਂ ਡੇਵਿਡ ਵਰਮਾ ਦੀ ਰਿਪੋਰਟ।